ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਤੇ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਾਹਿਬ ਦੋਨੋਂ ਅੱਜ ਜੋੜ ਕੇ ਨੇਗੇ ਜਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਇਹਨੂੰ ਆਖਦੇ ਹਾਂ ਸੋ ਤੇ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਕਰਦੇ ਹਾਂ ਮੇਰੇ ਨਾਲ ਪ੍ਰੋਗਰਾਮ ਅਪਡੇਟ ਅਮਰੀਕਾ 'ਚ ਇਸ ਟਾਈਮ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ ਸਵਾਗਤ ਹੈ ਸਤਿ ਸ਼੍ਰੀ ਅਕਾਲ ਜੀ ਧੰਨਵਾਦ ਜੀ ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ FM ਸਟੇਸ਼ਨ ਆਈਫੋਨ ਐਂਡਰਾਇਡ ਦੀ ਐਪ ਦੇ ਰਾਹੀਂ ਟੈਲੀਫੋਨ ਦੇ ਰਾਹੀਂ ਫੇਸਬੁੱਕ ਦੇ ਰਾਹੀਂ ਘਰਾਂ ਦੇ ਵਿੱਚ ਰੇਡੀਓ ਸੈਟਸ 'ਤੇ ਜਿੰਨੇ ਵੀ ਸਰੋਤੇ ਜੁੜੇ ਹੋਏ ਆ ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸੋਚੋ ਅੱਜ ਦਿਨ ਹੈਗਾ ਆ ਸ਼ਨਿਚਰਵਾਰ ਦਾ ਤਰੀਕ ਹੈਗੀ ਆ 28 ਅਪ੍ਰੈਲ ਤੁਹਾਡੇ ਲਈ ਪੇਸ਼ ਕਰਾਂਗੇ ਅਮਰੀਕਾ ਭਰ ਦੀਆਂ ਅਹਿਮ ਖਬਰਾਂ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਪ੍ਰੋਗਰਾਮ ਦੇ ਜਿਹੜੇ ਸਪੋਂਸਰਸ ਉਹਨਾਂ ਦਾ ਧੰਨਵਾਦ ਕਰਨਾ ਚਾਹੁੰਦੇ ਹਾਂ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਪੰਜਾਬੀ ਰੇਡੀਓ USA ਦਾ ਸਹਿਯੋਗ ਦਿੱਤਾ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ ਨੰਬਰ 4862725200 'ਤੇ ਕਾਲ ਕਰਕੇ ਸੰਤੋਖ ਸਿੰਘ ਪਰਮਜੀਤ ਕੌਰ ਬਾਸੀ ਫਰੀਮੌਂਟ ਤੋਂ ਸੁੱਚਾ ਸਿੰਘ ਫਰੈਜ਼ਨੋ ਨਰਜੀਤ ਸਿੰਘ ਕੁਲਵੰਤ ਕੌਰ ਵੱਡਾ ਰੋਜ਼ਵੈਲ ਮਨਜੀਤ ਸਿੰਘ ਨਰਿੰਦਰ ਕੌਰ ਕਲਾਰਕ ਲੋਵਿਸ ਮਿੰਦਰ ਧਾਲੀਵਾਲ ਬੇਕਰਸਫੀਲਡ ਜਰਨੈਲ ਸਿੰਘ ਜੌਹਲ ਲਿਨਵਡ ਗੁਰਚਰਨ ਸਿੰਘ ਬੇਕਰਸਫੀਲਡ ਸਟੋਨ ਕ੍ਰੀਕ ਪਾਰਕ ਵਾਲੇ ਸਾਰੇ ਬਜ਼ੁਰਗ ਬੇਕਰਸਫੀਲਡ ਦਰਸ਼ਨ ਸਿੰਘ ਸੇਖੋਂ ਬੇਕਰਸਫੀਲਡ ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਨਾ ਚਾਹੁੰਦੇ ਹੋ ਸੰਪਰਕ ਕਰੋ 408-722-7698 ਦੇ ਉੱਤੇ ਜੀ ਬਿਲਕੁਲ ਅਗਰ ਅੱਜ ਦੀ ਪਹਿਲੀ ਖਬਰ ਵੱਲ ਚੱਲੀਏ ਜਿਹੜਾ ਨੌਰਥ ਕੋਰੀਆ ਅਤੇ ਸਾਊਥ ਕੋਰੀਆ ਦੀ ਜਿਹੜੀ ਦੋਨਾਂ ਦੀ ਸਮਿਟ ਹੋਈ ਹੈਗੀ ਆ ਉਹ ਵਰਲਡ ਦੀ ਜਿਹੜੀ ਨੰਬਰ 1 ਨਿਊਜ਼ ਬਣੀ ਹੋਈ ਆ ਹਰ ਇੱਕ ਜਿਹੜਾ ਮੁਲਕ ਆ ਉਹਨਾਂ ਦਾ ਜਿਹੜਾ ਮੇਨ ਮੀਡੀਆ ਆ ਚਾਹੇ ਉਹ ਨਿਊਜ਼ ਪੇਪਰ ਆ ਰੇਡੀਓ ਆ ਟੀ ਵੀ ਉਹਨਾਂ ਦੀ ਮੇਨ ਨਿਊਜ਼ ਬਣੀ ਹੋਈ ਆ ਸੋ ਇਹਦੇ ਵਿੱਚ ਜਿਹੜੇ ਪ੍ਰੈਜੀਡੈਂਟ ਡੋਨਲਡ ਟਰੰਪ ਆ ਉਹਨਾਂ ਦਾ ਵੀ ਹੱਥ ਕਾਫੀ ਉੱਪਰ ਆ ਰਿਹਾ ਲੱਗਦਾ ਹੈਗਾ ਬਹੁਤ ਸਾਰੇ ਲੋਕ ਜਿਹੜੇ ਖਾਸ ਕਰਕੇ ਉਹਨਾਂ ਦੇ ਸਪੋਰਟਰ ਕਹਿੰਦੇ ਆ ਵੀ ਮੇ ਬੀ ਪ੍ਰੈਜੀਡੈਂਟ ਟਰੰਪ ਅਗਰ ਇਹ ਡੀਲ ਕਰ ਜਾਂਦਾ ਤਾਂ ਉਹਨੂੰ ਨੋਬਲ ਪੀਸ ਪ੍ਰਾਈਜ਼ ਮਿਲਣਾ ਚਾਹੀਦਾ ਅਤੇ ਦੂਸਰੇ ਪਾਸੇ ਜਿਹੜੇ ਜਪਾਨ ਆ ਜਪਾਨ ਵਾਲੇ ਥੋੜ੍ਹੇ ਜਿਹੇ ਅਪਸੈਟ ਨਜ਼ਰ ਆ ਰਹੇ ਆ ਉਹ ਕਹਿੰਦੇ ਆ ਵੀ ਪ੍ਰੈਜੀਡੈਂਟ ਟਰੰਪ ਨੇ ਜਿਹੜੀ ਆ ਨੌਰਥ ਅਤੇ ਸਾਊਥ ਕੋਰੀਆ ਦੀ ਗੱਲ ਤਾਂ ਕਰ ਦਿੱਤੀ ਅਤੇ ਨਾਲ ਦੀ ਨਾਲ ਜਿਹੜੀਆਂ ਲੌਂਗ ਮਿਸਲਸ ਸੀਗੀਆਂ ਨੌਰਥ ਕੋਰੀਆ ਦੀਆਂ ਜਿਹੜਾ ਉਹ ਕਹਿੰਦਾ ਸੀ ਵੀ ਮੇਰੇ ਆਫਿਸ ਦੇ ਵਿੱਚ ਕਿਮ ਜੋਂਗ ਉਨ ਵੀ ਐਨ ਬਟਨ ਪਿਆ ਮੈਂ ਕਦੇ ਵੀ ਬਟਨ ਦੱਬ ਦੂੰਗਾ ਤਾਂ ਅਮਰੀਕਾ ਦੇ ਵਿੱਚ ਉਹ ਜਿਹੜੀਆਂ ਮਿਸਲਸ ਹੈਗੀਆਂ ਪਹੁੰਚ ਜਾਣਗੀਆਂ ਉਹ ਕਹਿੰਦੇ ਵੀ ਲੌਂਗ ਰੇਂਜ ਮਿਸਲਸ ਦਾ ਤਾਂ ਉਹਨਾਂ ਨੇ ਆਲਰੇਡੀ ਗੱਲਬਾਤ ਚੱਲ ਰਹੀ ਵੀ ਇਹ ਖਤਮ ਕਰ ਦੇਣੀਆਂ ਪਰ ਜਿਹੜੀਆਂ ਸ਼ੋਰਟ ਰੇਂਜ ਮਿਸਲਸ ਹੈਗੀਆਂ ਜਿਹਦੀ ਰੇਂਜ ਦੇ ਵਿੱਚ ਜਪਾਨ ਆਉਂਦਾ ਹੈਗਾ ਵੀ ਉਹਦੇ ਬਾਰੇ ਜਿਹੜੀ ਗੱਲਬਾਤ ਨਹੀਂ ਹੋ ਰਹੀ ਵੀ ਜਦੋਂ ਵੀ ਜਿਹੜੀ ਫਾਈਨਲ ਗੱਲ ਹੋਣੀ ਚਾਹੀਦੀ ਆ ਟੋਟਲ ਪੂਰੀ ਤਰ੍ਹਾਂ ਜਿਹੜਾ ਆ ਡੀ ਨਿਊਕਲਰਾਈਜੇਸ਼ਨ ਹੋਣੀ ਚਾਹੀਦੀ ਹੈਗੀ ਆ ਨੌਰਥ ਅਤੇ ਸਾਊਥ ਕੋਰੀਆ ਦੋਨਾਂ ਦੀ ਤਾਂ ਕਿ ਜਿਹੜਾ ਜਪਾਨ ਆ ਉਹ ਵੀ ਪੀਸਫੁਲੀ ਰਹਿ ਸਕੇ ਜਪਾਨ ਦੇ ਵਿੱਚ ਸਰੋਤਿਆਂ ਨੂੰ ਯਾਦ ਹੋਊਗਾ ਵੀ 50,000 ਤੋਂ ਵੱਧ ਜਿਹੜੇ ਅਮੈਰੀਕਨ ਫੌਜੀ ਹੈਗੇ ਆ ਇਸੇ ਤਰ੍ਹਾਂ ਸਾਊਥ ਕੋਰੀਆ ਦੇ ਵਿੱਚ 28,000 ਤੋਂ ਵੱਧ ਜਿਹੜੇ ਅਮੈਰੀਕਨ ਫੌਜੀ ਬੇਸਡ ਹੈਗੇ ਆ ਚਾਈਨਾ ਨੇ ਆਲਰੇਡੀ ਜਿਹੜੇ ਨੌਰਥ ਕੋਰੀਆ ਤੋਂ ਕਾਫੀ ਲੰਮਾ ਸਮਾਂ ਪਹਿਲਾਂ ਆਪਣੇ ਫੌਜੀ ਕੱਢ ਲਏ ਸੀ ਜੀ ਜੀ ਬਿਲਕੁਲ ਤੇ ਹੋਰ ਵੀ ਜਿੱਦਾਂ ਖਬਰਾਂ ਆ ਰਹੀਆਂ ਵੀ ਕਹਿੰਦੇ ਵੀ ਜਿੱਥੇ ਹੁਣ ਸਮਿਟ ਹੋਣੀ ਹੈਗੀ ਆ ਪ੍ਰੈਜੀਡੈਂਟ ਡੋਨਲਡ ਟਰੰਪ ਦੀ ਅਤੇ ਨੌਰਥ ਕੋਰੀਆ ਦੇ ਜਿਹੜੇ ਪ੍ਰੈਜੀਡੈਂਟ ਹੈਗੇ ਆ ਕਿਮ ਉਹ ਕਹਿੰਦੇ ਵੀ ਹੁਣ ਉਹਦੀ ਲੋਕੇਸ਼ਨ ਜਿਹੜੀ ਆ ਪਹਿਲਾਂ 5 ਕੁ ਲੋਕੇਸ਼ਨਾਂ ਕਹਿੰਦੇ ਸੀ ਹੁਣ ਕਹਿੰਦੇ ਆਲਮੋਸਟ 2 ਕੰਟਰੀਆਂ ਦੀ ਜਿਹੜੀ ਲੋਕੇਸ਼ਨ ਉਹਨਾਂ ਨੇ ਉਹ ਤਾਂ ਨੈਰੋ ਡਾਊਨ ਕਰ ਦਿੱਤੀ ਆ ਸੋ ਆਉਣ ਵਾਲੇ ਥੋੜ੍ਹੇ ਦਿਨਾਂ ਦੇ ਵਿੱਚ ਹੀ ਜਿੱਦਾਂ ਜਿਹੜੀ ਫਾਈਨਲ ਲੋਕੇਸ਼ਨ ਹੋਊਗੀ ਦੋ ਮੁਲਕ ਚਾਹੇ ਉਹ ਸਿੰਗਾਪੁਰ ਹੋਵੇ ਜਾਂ ਮੰਗੋਲੀਆ ਆਪਾਂ ਦੱਸਿਆ ਸੀ ਪਿਛਲੇ ਦਿਨਾਂ 'ਚ ਵੀ ਮੰਗੋਲੀਆ ਦੇ ਚਾਂਸ ਜ਼ਿਆਦਾ ਲੱਗਦੇ ਆ ਕਿਉਂਕਿ ਜਿਹੜਾ ਮੰਗੋਲੀਆ USA ਦੇ ਨਾਲ ਰਿਲੇਸ਼ਨ ਗੁੱਡ ਆ ਅਤੇ ਉਹਦੇ ਨੌਰਥ ਕੋਰੀਆ ਦੇ ਨਾਲ ਵੀ ਬਹੁਤ ਗੁੱਡ ਰਿਲੇਸ਼ਨ ਹੈਗੇ ਆ ਪਲੱਸ ਛੋਟਾ ਜਿਹਾ ਕੰਟਰੀ ਹੈਗਾ ਆ ਉਹਨਾਂ ਨੂੰ ਵੀ ਇੱਕ ਤਰ੍ਹਾਂ ਨਾਲ ਵਰਲਡ ਸਟੇਜ ਦੇ ਉੱਤੇ ਰਿਕੋਗਨੀਸ਼ਨ ਮਿਲੂਗੀ ਸੋ ਉਹ ਵੀ ਕਾਫੀ ਹੱਥ ਪੈਰ ਮਾਰ ਰਿਹਾ ਵੀ ਜਿਹੜੀ ਸਮਿਟ ਆ ਉਹ ਸਾਡੇ ਮੁਲਕ ਦੇ ਵਿੱਚ ਹੋਵੇ ਜੀ ਅਗਲੀ ਜਿਹੜੀ ਆਪਾਂ ਜਿਹੜੀ ਖਬਰ ਦੇ ਉੱਤੇ ਨਜ਼ਰ ਮਾਰੀਏ ਸਪੇਨ ਦੇ ਵਿੱਚ ਇੱਕ ਕਹਿੰਦੇ ਬਹੁਤ ਵੱਡੀ ਡਰੱਗ ਦੀ ਜਿਹੜੀ ਆ ਤਸਕਰੀ ਆ ਉਹ ਰੋਕੀ ਗਈ ਤਕਰੀਬਨ 800 ਮਿਲੀਅਨ ਪਾਊਂਡ ਦੀ ਜਿਹੜੀ ਕੋਕੇਨ ਕੇਲਿਆਂ ਦੇ ਵਿੱਚ ਲਗਾ ਕੇ ਜਿਹੜੀ ਆ ਉਹ ਲਿਜਾਣ ਦੀ ਉੱਥੇ ਕੋਸ਼ਿਸ਼ ਕੀਤੀ ਜਾ ਰਹੀ ਸੀ ਉੱਥੇ ਬੰਦਰਗਾਹ ਦੇ ਉੱਤੇ ਜਦ ਸਪੈਨਿਸ਼ ਪੁਲਿਸ ਜਿਨ੍ਹਾਂ ਨੂੰ ਉਹਦੇ ਬਾਰੇ ਥੋੜ੍ਹੀ ਸੂਹ ਮਿਲੀ ਤਾਂ ਜਦ ਉਹਨਾਂ ਨੇ ਉਹ ਦੇਖਿਆ ਤਾਂ ਕੇਲਿਆਂ ਦੇ ਵਿੱਚ ਕੇਲੇ ਨਹੀਂ ਸੀਗੇ ਬਲਕਿ ਜਿਹੜੀ ਕੋਕੇਨ ਆ ਨਸ਼ੀਲੇ ਪਦਾਰਥ ਆ ਉਹ ਲਪੇਟ ਕੇ ਜਿਹੜੇ ਉਹ ਘੱਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ 9.5 ਟਨ ਕੋਕੇਨ ਜਿਹੜੀ ਆ ਉਹ ਇੱਕ ਪੋਰਟ ਦੇ ਉੱਤੇ ਜਿਹੜੀ ਉਹਨਾਂ ਨੇ ਬਰਾਮਦ ਕੀਤੀ ਆ ਇਸ ਮਾਮਲੇ ਦੇ ਵਿੱਚ 6 ਬੰਦਿਆਂ ਨੂੰ ਜਿਹੜਾ ਗ੍ਰਿਫਤਾਰ ਉੱਥੇ ਕੀਤਾ ਗਿਆ ਉੱਥੋਂ ਦੇ ਸਪੇਨ ਦੇ ਇੰਟੀਰੀਅਰ ਮਿਨਿਸਟਰ ਆ ਉਹਨਾਂ ਨੇ ਇਸ ਦੇ ਬਾਰੇ ਜਾਣਕਾਰੀ ਦਿੱਤੀ ਆ ਅਤੇ ਇਸੇ ਦੇ ਨਾਲ ਚੱਲਦੇ ਹੋਰ ਫਰਾਂਸ ਦੀ ਜਿਹੜੀ ਸ਼ਹਿਰ ਲਿਓਨ ਆ
ਉੱਥੋਂ ਜਿਹੜੇ ਆ ਦੋ ਹੋਰ ਬੰਦਿਆਂ ਨੂੰ ਉਹਨਾਂ ਨੇ ਗ੍ਰਿਫਤਾਰ ਜਿਹੜਾ ਕੀਤਾ ਵੀ 9.5 ਟਨ ਦੀ ਜਿਹੜੀ ਇਹ ਕੋਕੇਨ ਆ ਉਹ ਸਪੇਨ ਦੇ ਵਿੱਚ ਵਾੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਜਸਟ ਇਮੈਜਿਨ 800 million pounds, ਤੁਸੀਂ ਆਲਮੋਸਟ ਲਾ ਲਓ ਵੀ ਅਮਰੀਕਾ ਦੇ $1 billion ਤੋਂ ਵੱਧ ਦੀ ਜਿਹੜੀ ਆ ਕੀਮਤ ਵਾਲੀ ਜਿਹੜੀ ਕੋਕੇਨ ਆ ਉੱਥੇ ਜਿਹੜੀ ਆ ਅੰਦਰ ਘੱਲਣ ਦੀ ਜਿਹੜੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਜਦੋਂ 9.5 ਟਨ ਕਿਸੇ ਮੁਲਕ ਦੇ ਵਿੱਚ ਨਸ਼ੀਲੇ ਪਦਾਰਥ ਵੜਨਗੇ ਤਾਂ ਤੁਸੀਂ ਦੱਸੋ ਵੀ ਕਿੰਨੇ ਲੋਕਾਂ ਦਾ, ਕਿੰਨੇ ਸਮਾਜ ਦੇ ਉੱਤੇ ਕਿੰਨਾ ਭੈੜਾ ਅਸਰ ਜਿਹੜਾ ਉਹ ਹੋਊਗਾ। ਜੀ ਬਹੁਤ ਜਿੱਦਾਂ ਵਧੀਆ ਹੋਇਆ ਜਿਹੜਾ ਆ ਫੜ ਲਿਆ ਇੱਦਾਂ ਦੀ ਜਿਹੜੀ ਜ਼ਹਿਰ ਫੈਲਣ ਤੋਂ ਪਹਿਲਾਂ ਹੀ ਜਿਹੜੀ ਆ ਅਥਾਰਟੀਜ਼ ਨੇ ਉਹਨਾਂ ਨੂੰ ਜਿਹੜਾ ਕਾਬੂ 'ਚ ਕਰ ਲਿਆ। ਅਗਲੀ ਖਬਰ ਵੱਲ ਚੱਲੀਏ। ਪ੍ਰੈਜ਼ੀਡੈਂਟ ਜਿਹੜੇ ਡੋਨਲਡ ਟਰੰਪ ਹੈਗੇ ਆ, ਜਿਹੜਾ ਉਹਨਾਂ ਦਾ VA ਦਾ ਡਿਪਾਰਟਮੈਂਟ ਆਫ ਵੈਟਰਨਸ ਅਫੇਅਰ ਦੇ ਨੋਮੀਨੀ ਸੀਗੇ, ਉਹਨਾਂ ਨੇ ਆਲਰੇਡੀ ਰੋਨੀ ਜੈਕਸਨ ਉਹਨਾਂ ਦੇ ਨਾਮ ਵੀ ਵਿਦਡਰਾਅ ਕਰ ਲਿਆ, ਪਰ ਹੁਣ ਉਹ ਜਿਹੜਾ ਮਾਮਲਾ ਕਾਫੀ ਗਰਮਾਇਆ ਹੋਇਆ ਹੈਗਾ ਆ, ਕਿਉਂਕਿ ਜਿਹੜੇ ਉਹਨਾਂ ਦੇ ਉੱਤੇ ਚਾਰਜਸ ਜਾਂ ਉਹਨਾਂ ਦੇ ਉੱਤੇ ਐਕੂਜੇਸ਼ਨਸ ਲਾਈਆਂ ਸੀ ਵੀ ਇੱਕ ਵਾਰੀ ਉਹਨਾਂ ਨੇ ਹੋ ਸਕਦਾ ਜਿਹੜੀ ਵਾਈਟ ਹਾਊਸ ਦੀ ਗੱਡੀ ਸੀਗੀ ਜਿਹੜੀ ਉਹਨਾਂ ਨੂੰ ਮਿਲੀ ਹੋਈ ਆਫਿਸ਼ੀਅਲੀ, ਉਹ ਗੱਡੀ ਉਹਨਾਂ ਨੇ ਰੈਕ ਕਰ ਦਿੱਤੀ ਸੀ, ਐਕਸੀਡੈਂਟ 'ਚ ਮਾਰਤੀ ਸੀ। ਇਸੇ ਤਰ੍ਹਾਂ ਇੱਕ ਵਾਰੀ ਪ੍ਰੈਜ਼ੀਡੈਂਟ ਬਰਾਕ ਓਬਾਮਾ ਕਿਸੇ ਹੋਰ ਦੇਸ਼ 'ਚ ਗਏ ਸੀ, ਉੱਥੇ ਇਹਨਾਂ ਨੇ ਥੋੜ੍ਹਾ ਬਹੁਤਾ ਸ਼ਰਾਬ ਪੀ ਕੇ ਰੌਲਾ ਰੱਪਾ ਪਾਇਆ ਸੀ ਆਪਣੇ ਰੂਮ 'ਚ, ਹੋਰ ਇੱਦਾਂ ਦੀਆਂ ਚੀਜ਼ਾਂ ਸੀਗੀਆਂ। ਡਰੱਗ ਦੀ ਬਹੁਤ ਇਸ਼ੂ ਆ ਰਿਹਾ ਸੀ ਵੀ ਪ੍ਰਿਸਕ੍ਰਿਪਸ਼ਨ ਲਿਖ ਦਿੱਤੀ ਸੀ ਕਈ ਇੰਪਲਾਈਆਂ ਨੂੰ, ਅਤੇ ਖੁਦ ਆਪ ਵੀ ਉਹ ਲੈਂਦੇ ਰਹੇ ਹੈਗੇ। ਹੁਣ ਇਹ ਪਤਾ ਚੱਲਿਆ ਵੀ ਇਹਨਾਂ 'ਚੋਂ ਬਹੁਤ ਸਾਰੀਆਂ ਜਿਹੜੀਆਂ ਐਕੂਜੇਸ਼ਨ ਉਹ ਗਲਤ ਸੀਗੀਆਂ। ਸੋ ਉਹਦੇ ਸੰਬੰਧ ਦੇ ਵਿੱਚ ਇੱਕ ਮੋਂਟਾਨਾ, ਕਿਉਂਕਿ ਇਹ ਮੋਂਟਾਨਾ ਤੋਂ ਹੀ ਹੈਗੇ ਆ ਰੋਨੀ ਜੈਕਸਨ, ਬੜੇ ਡੈਕੋਰੇਟਡ ਫੌਜੀ ਹੈਗੇ ਆ ਨੇਵੀ ਦੇ, ਅਤੇ ਉੱਥੇ ਦੇ ਮੋਂਟਾਨਾ ਦੇ ਹੀ ਇੱਕ ਜਿਹੜੇ ਡੈਮੋਕ੍ਰੇਟ ਸੈਨੇਟਰ ਹੈਗੇ ਆ ਜਿਨ੍ਹਾਂ ਦਾ ਨਾਮ ਦੱਸਿਆ ਗਿਆ ਹੈਗਾ ਆ ਜੌਨ ਟੈਸਟਰ, ਹੁਣ ਉਹਨਾਂ ਦੇ ਦੁਆਲੇ ਪ੍ਰੈਜ਼ੀਡੈਂਟ ਟਰੰਪ ਹੋ ਗਏ ਆ। ਉਹ ਕਹਿੰਦੇ ਵੀ ਜਿਹੜਾ ਮੋਂਟਾਨਾ ਦਾ ਸੈਨੇਟਰ ਜੌਨ ਟੈਸਟਰ ਆ, ਇਹਨਾਂ ਨੇ ਜ਼ਿਆਦਾ ਐਕੂਜੇਸ਼ਨਸ ਲਾਈਆਂ ਹੈਗੀਆਂ ਆ ਆਪਣੇ ਹੀ ਸਟੇਟ ਦਾ ਜਿਹੜਾ ਇੱਕ ਜਿਹੜਾ ਵੈਟਰਨ ਹੈਗਾ ਆ, ਪਰ ਉਹਦੇ ਵਿੱਚ ਜਿਹੜੀਆਂ ਐਕੂਜੇਸ਼ਨ ਬਹੁਤ ਸਾਰੀਆਂ ਉਹ ਰੋਂਗ ਹੈਗੀਆਂ ਆ, ਅਤੇ ਵੀ ਉਹਨਾਂ ਨੂੰ ਇਮੀਜੀਏਟਲੀ ਜਿਹੜਾ ਆ ਰਿਜ਼ਾਈਨ ਕਰਨਾ ਚਾਹੀਦਾ ਹੈਗਾ ਆ। ਸੋ ਦੇਖੋ, ਮੈਨੂੰ ਲੱਗਦਾ ਵੀ ਉੱਥੇ ਇਲੈਕਸ਼ਨ ਵੀ ਹੋਣ ਵਾਲੀ ਆ, ਵੀ ਇਹ ਮਾਮਲਾ ਕਾਫੀ ਗਰਮਾ ਸਕਦਾ ਹੈਗਾ। ਬਿਲਕੁਲ, ਰਾਸ਼ਟਰਪਤੀ ਟਰੰਪ ਦੇ ਕੋਲ ਕੋਈ ਪੁਖਤਾ ਸਬੂਤ ਨਹੀਂ ਆ ਵੀ ਐਲੀਗੇਸ਼ਨ ਝੂਠ ਨੇ ਕਿ ਨਹੀਂ, ਉਹ ਆਪਣੇ ਮਨ ਦੀ ਗੱਲ ਜਿਹੜੀ ਸੁਣਦੇ ਹੋਏ ਉਹਨਾਂ ਨੇ ਆਖਿਆ ਆ। ਉਹਨਾਂ ਨੇ ਕਿਹਾ ਵੀ ਜਿਹੜੀ ਸੀਕਰੇਟ ਸਰਵਿਸ ਆ ਨਾ ਉਹਨਾਂ ਨੂੰ ਡਿਨਾਈ ਕਰ ਰਹੀ ਆ ਨਾ ਉਹਨਾਂ ਨੂੰ ਕਨਫਰਮ ਕਰ ਲਈ ਆ, ਸੋ ਇਹਦਾ ਮਤਲਬ ਆ ਵੀ ਇਹ ਗੱਲਾਂ ਜਿਹੜੀਆਂ ਝੂਠੀਆਂ ਹੀ ਹੋਣਗੀਆਂ। ਜੇ ਗੱਲਾਂ ਝੂਠੀਆਂ ਸੀ ਤਾਂ ਫਿਰ ਜਿਹੜੇ ਜੈਕਸਨ ਆ ਉਹਨਾਂ ਨੂੰ ਆਪਣਾ ਜਿਹੜਾ ਉਹਨਾਂ ਨੂੰ ਨਾਮਜ਼ਦ ਕੀਤਾ ਗਿਆ ਸੀਗਾ ਉਹ ਨਾ ਵਾਪਸ ਨਾ ਲੈਂਦੇ ਤਾਂ ਉਹ ਐਲੀਗੇਸ਼ਨ ਪ੍ਰੂਵ ਕਰਨ ਦੇ ਲਈ ਆਖਦੇ, ਪਰ ਕਿਤੇ ਨਾ ਕਿਤੇ ਜੇ ਤੂੰ ਉੱਠ ਰਿਹਾ ਤਾਂ ਕਿਤੇ ਨਾ ਕਿਤੇ ਅੱਗ ਜਿਹੜੀ ਆ ਬਲੀ ਲੱਗਦਾ ਆ। ਸੋ ਆਈ ਥਿੰਕ ਇਸੇ ਦੇ ਚੱਲਦੇ ਹੋਏ ਜਿਹੜੇ ਜੈਕਸਨ ਆ ਉਹਨਾਂ ਨੇ ਆਪਣਾ ਨਾਮ ਵੀ ਵਾਪਸ ਜਿਹੜਾ ਲੈ ਲਿਆ ਆ। ਕਈ ਗੱਲਾਂ ਉਸ ਦੇ ਵਿੱਚ ਝੂਠੀਆਂ ਹੋਣਗੀਆਂ, ਕੁਛ ਗੱਲਾਂ ਜਿਹੜੀਆਂ ਉਸ ਦੇ ਵਿੱਚੋਂ ਜਿਹੜੀਆਂ ਠੀਕ ਹੋਣਗੀਆਂ, ਇਸੇ ਲਈ ਚੱਲਦੇ ਉਹਨਾਂ ਨੇ ਨਾਮ ਪਿੱਛੇ ਲਿਆ। ਰਾਸ਼ਟਰਪਤੀ ਟਰੰਪ ਇਸ ਲਈ ਜ਼ਿਆਦਾ ਗੁੱਸੇ ਦੇ ਵਿੱਚ, ਇਸ ਲਈ ਰੈਂਟ ਜਿਹੜਾ ਉਹਨਾਂ ਨੇ ਜ਼ਿਆਦਾ ਇਸ ਲਈ ਕੀਤਾ ਆ ਵੀ ਉਹਨਾਂ ਦਾ ਜਿਹੜਾ ਬੰਦਾ ਆ ਉਹਨੇ ਨੋਮੀਨੇਸ਼ਨ ਆ ਉਸ ਨੂੰ ਵਾਪਸ ਲੈਣੀ ਪਈ ਆ। ਪਰ ਬਾਅਦ ਵਿੱਚ ਇੱਦਾਂ ਦਾ ਨਾ ਹੁੰਦਾ ਵੀ ਰੈਕਸ ਟਿਲਰਸਨ ਵਾਂਗੂ ਪਹਿਲਾਂ ਆਪ ਲਵਾ ਕੇ ਅਤੇ ਬਾਅਦ 'ਚ ਆਪ ਹੀ ਜਿਹੜਾ ਫਾਇਰ ਕਰਦੇ, ਪਰ ਇਹ ਗੱਲ ਆ ਨਾ ਵੀ ਰਾਸ਼ਟਰਪਤੀ ਟਰੰਪ ਨੂੰ ਉਸ ਦੇ ਵਿੱਚ ਥੋੜ੍ਹਾ ਨਜ਼ਾਰਾ ਵੀ ਜ਼ਿਆਦਾ ਆਉਂਦਾ ਹੈ ਕਿਉਂਕਿ ਲੰਮੇ ਸਮੇਂ ਤੋਂ ਜਿਹੜੇ ਸੈਲੀਬ੍ਰਿਟੀ ਅਪ੍ਰੈਂਟਿਸ ਨਾਂ ਦੇ ਨਾਟਕ ਦੇ ਵਿੱਚ ਬੰਦਿਆਂ ਨੂੰ ਉੱਥੇ ਬੁਲਾਉਂਦੇ ਸੀਗੇ ਅਤੇ ਫਿਰ ਫਾਇਰ ਜਿਹੜਾ ਉਹ ਕਰਦੇ ਹੁੰਦੇ ਸੀ, ਉਹ ਕਿਤੇ ਨਾ ਕਿਤੇ ਉਹਨਾਂ ਦੇ ਮਨ ਦੇ ਵਿੱਚ ਉਹ ਗੱਲ ਰਹਿੰਦੀ ਆ। ਪਰ ਇਹ ਗੱਲਾਂ ਜਿਹੜੀਆਂ ਦੇਖਣ ਵਾਲੀਆਂ ਹੋਣਗੀਆਂ, ਜਿੱਦਾਂ ਤੁਸੀਂ ਇਸ਼ਾਰਾ ਕੀਤਾ ਵੀ ਇਲੈਕਸ਼ਨ ਦੇ ਵਿੱਚ ਉਸ ਸੀਟ ਦੇ ਉੱਤੇ ਹੁਣ ਕਿੰਨਾ ਕੁ ਅਸਰ ਜਿਹੜਾ ਆ ਉਹ ਹੋਊਗਾ। ਰਾਸ਼ਟਰਪਤੀ ਟਰੰਪ ਅੱਜ ਕੱਲ੍ਹ ਇੱਦਾਂ ਸ਼ੁਰੂ ਤੋਂ ਹੀ ਜਿੱਦਾਂ ਕਰ ਰਹੇ ਆ ਵੀ ਜਿਹੜਾ ਵੀ ਬੰਦਾ ਉਹਨਾਂ ਦੇ ਨਾਲ ਤਾਲਮੇਲ ਜਿਹੜਾ ਉਹ ਨਹੀਂ ਰੱਖਦਾ ਜਾਂ ਉਹਨਾਂ ਦੀ ਗੱਲ ਨੂੰ ਨਹੀਂ ਮੰਨਦਾ, ਉਹ ਕਹਿੰਦੇ ਵੀ ਤੂੰ ਫੋਨੀ ਆ, ਤੂੰ ਨਕਲੀ ਆ ਅਤੇ ਬਾਕੀ ਸਾਰਾ ਕੁਛ ਫੇਕ ਹੀ ਫੇਕ ਆ। ਜੀ, ਅਗਲੀ ਖਬਰ ਵੱਲ ਚੱਲੀਏ। ਕਹਿੰਦੇ ਜਪਾਨ ਦੇ ਵਿੱਚ ਜਿਨ੍ਹਾਂ ਦੀ 100 ਸਾਲ ਤੋਂ ਉੱਪਰ ਉਮਰ ਆ, ਕਾਫੀ ਵੱਡੀ ਗਿਣਤੀ ਹੈਗੀ ਲੋਕ ਜਿਹੜੇ 100 ਸਾਲ ਤੋਂ ਵੱਧ ਉਮਰ 'ਚ ਜੀ ਰਹੇ ਹੈਗੇ ਆ, ਅਤੇ ਕੱਲ੍ਹ ਜਪਾਨ ਦੇ ਵਿੱਚ ਵਰਲਡ ਦੀ ਸਭ ਤੋਂ ਓਲਡੈਸਟ ਲੇਡੀ ਜਿਹਦਾ ਜਿਹੜੀ 117 ਸਾਲਾਂ ਦੀ ਸੀ, 1900 ਦੇ ਵਿੱਚ ਕਹਿੰਦੇ ਉਹਦਾ ਜਨਮ ਹੋਇਆ ਸੀ, ਅਤੇ ਨਵੀ ਤਜ਼ੀਮਾ ਉਹਨਾਂ ਦੀ ਜਿਹੜੀ ਮੌਤ ਹੋਈ ਆ ਹੌਸਪੀਟਲ ਦੇ ਵਿੱਚ,
ਨੈਚੁਰਲ ਮੌਤ ਹੋਈ ਹੈਗੀ ਆ। ਇਸੇ ਤਰ੍ਹਾਂ ਦੁਨੀਆ ਦੇ ਵਿੱਚ ਇਹਦਾ ਨਾਮ ਜਿਹੜਾ ਗਿੰਨੀਜ਼ ਵਰਲਡ ਰੈਕਰਡ ਦੇ ਵਿੱਚ ਸੀਗਾ, 117 ਸਾਲਾਂ ਦੀ ਸਭ ਤੋਂ ਓਲਡੈਸਟ ਵਿਮੈਨ ਵਰਲਡ ਦੇ ਵਿੱਚ, ਅਤੇ ਇਸੇ ਤਰ੍ਹਾਂ ਜਪਾਨ ਦੇ ਵਿੱਚ 112 ਸਾਲਾਂ ਦਾ ਓਲਡੈਸਟ ਮੈਨ ਜਿਹੜਾ ਹੈਗਾ ਆ ਮਸਾਜ਼ੋ ਨੁਨਾਕਾ, ਉਹ ਹਜੇ ਜਿੰਦਾ ਹੈਗਾ। ਅਤੇ ਇਹ ਵੀ ਦੱਸਦੇ ਜਾਈਏ ਸਰੋਤਿਆਂ ਨੂੰ, ਕਹਿੰਦੇ ਭਈ ਜਪਾਨ ਦੇ ਵਿੱਚ 67,824 ਲੋਕ ਅਜਿਹੇ ਆ ਜਿਨ੍ਹਾਂ ਦੀ ਉਮਰ 100 ਸਾਲ ਤੋਂ ਉੱਤੇ ਆ। ਜੀ ਜੀ, ਸਭ ਤੋਂ ਜ਼ਿਆਦਾ ਜਿਹੜੀ ਵੱਧ ਉਮਰ ਵਾਲੇ ਲੋਕ ਆ ਉਹ ਜਪਾਨ ਦੇ ਵਿੱਚ ਵੱਸਦੇ ਨੇ। ਅਗਲੀ ਜਿਹੜੀ ਆਪਾਂ ਖਬਰ ਕਰਦੇ ਹਾਂ, LAPD ਦਾ ਲੋਸ ਐਂਜਲਸ ਪੁਲਿਸ ਡਿਪਾਰਟਮੈਂਟ ਦਾ ਇੱਕ ਅਫਸਰ, ਉਸ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਉਸ ਦੇ ਉੱਤੇ ਦੋਸ਼ ਆ ਵੀ ਉਸਨੇ ਜਿਹੜੇ ਦੋ ਇਮੀਗ੍ਰੈਂਟਸ ਆ ਉਹਨਾਂ ਨੂੰ ਗੈਰ ਕਾਨੂੰਨੀ ਢੰਗ ਦੇ ਨਾਲ ਬਾਰਡਰ ਟਪਾਉਣ ਦੀ ਕੋਸ਼ਿਸ਼ ਜਿਹੜੀ ਉੱਤੇ ਕੀਤੀ ਆ। ਸਾਊਥ ਈਸਟਰਨ ਸੈਨਡੀਐਗੋ ਕਾਊਂਟੀ ਦੇ ਵਿੱਚ ਕਹਿੰਦੇ ਆ ਵੀ ਦੋ ਇਲੀਗਲ ਇਮੀਗ੍ਰੈਂਟਸ ਆ ਉਹਨਾਂ ਨੂੰ ਅਮਰੀਕਾ ਦੇ ਵਿੱਚ ਲਿਆਉਣ ਦੀ ਉਸਦੀ ਉਹ ਕੋਸ਼ਿਸ਼ ਸੀਗੀ, ਜਿਸ ਦੇ ਚੱਲਦੇ ਹੋਏ ਮੰਬੈਸੀ ਕੌਲਾ ਬਾਲੋ ਪਤਾਰਾ ਨਾਂ ਦਾ ਜਿਹੜਾ ਇਹ ਪੁਲਿਸ ਅਫਸਰ ਆ ਉਸ ਨੇ ਇਹ ਕਹਿੰਦੇ ਵੀ ਫੈਡਰਲ ਜਿਹੜੇ ਚਾਰਜਿਸ ਆ ਉਹਨਾਂ ਦੀ ਉਲੰਘਣਾ, ਜਿਹੜੇ ਫੈਡਰਲ ਕਾਨੂੰਨ ਆ ਉਹਨਾਂ ਦੀ ਉਲੰਘਣਾ ਕੀਤੀ ਆ, ਵਾਇਲੇਟ ਕੀਤੇ ਇਮੀਗ੍ਰੇਸ਼ਨ ਲਾਅ, ਇਸ ਲਈ ਉਸਨੂੰ ਗ੍ਰਿਫਤਾਰ ਕੀਤਾ ਗਿਆ ਆ। ਇਸ ਦੇ ਬਾਰੇ ਜਿਹੜੀ ਆ ਜਾਣਕਾਰੀ ਜਿਹੜੇ LAPD ਦੇ ਅਤੇ ਬਾਰਡਰ ਪੈਟਰੋਲ ਏਜੰਟਸ ਆ ਉਹਨਾਂ ਨੇ ਜਿਹੜਾ ਦੱਸਿਆ ਆ, ਅਤੇ ਕਹਿੰਦੇ ਦੋ ਮੇਲ ਪੈਸੰਜਰਸ ਆ ਉਹਨਾਂ ਨੂੰ ਇੱਕ ਪੁਰਾਣੀ ਜੀ 2006 ਟੋਇਟਾ ਕਰੋਲਾ ਦੇ ਵਿੱਚ ਲਿਜਾਣ ਦੀ ਉਹ ਤੜਕੇ ਤਕਰੀਬਨ ਸਵੇਰੇ 12:15 ਜਿਹੜੇ ਉਹ ਕੋਸ਼ਿਸ਼ ਕਰ ਰਿਹਾ ਸੀ, ਜਦ ਉੱਥੋਂ ਦੇ ਬਾਰਡਰ ਪੈਟਰੋਲ ਏਜੰਟਸ ਆ ਉਹਨਾਂ ਨੇ ਇੰਟਰਸੈਪਟ ਇਸ ਨੂੰ ਕੀਤਾ ਅਤੇ ਉਸਨੂੰ ਜਿਹੜਾ ਉਹ ਉੱਥੇ ਫੜ ਲਿਆ, ਅਤੇ ਬਾਅਦ ਦੇ ਵਿੱਚ ਇੰਟਰਵਿਊ ਦੇ ਦੌਰਾਨ ਇਸ ਨੇ ਇਹ ਖੁਦ ਖੁਲਾਸਾ ਕੀਤਾ ਵੀ ਮੈਂ ਕਹਿੰਦਾ ਵੀ LAPD ਦਾ ਜਿਹੜਾ ਅਫਸਰ ਹਾਂ ਅਤੇ ਮੈਂ ਆਫ ਡਿਊਟੀ ਸੀਗਾ, ਅਤੇ ਇਹ ਜਿਹੜਾ ਇਹ ਕੰਮ ਦੇ ਲਈ ਇਹ ਕੰਮ ਜਿਹੜਾ ਉਹ ਕਰ ਰਿਹਾ ਸੀ ਗੈਰ ਕਾਨੂੰਨੀ ਢੰਗ ਨਾਲ ਦੋ ਜਿਹੜੇ ਇਮੀਗ੍ਰੈਂਟਸ ਆ, ਇਲੀਗਲ ਇਮੀਗ੍ਰੈਂਟਸ ਆ ਉਹਨਾਂ ਨੂੰ ਅਮਰੀਕਾ ਵਿੱਚ ਦਾਖਲ ਕਰਵਾ ਰਿਹਾ ਸੀ। ਸੋ ਇੱਥੋਂ ਇਹ ਵੀ ਪਤਾ ਲੱਗਦਾ ਹਰਜੋਤ ਸਿੰਘ ਜੀ ਵੀ ਇਹ ਤਾਰਾਂ ਜਿਹੜੀਆਂ ਗੈਰ ਕਾਨੂੰਨੀ ਢੰਗ ਨਾਲ ਲੋਕਾਂ ਨੂੰ ਇੱਥੇ ਟਪਾਉਣ ਦੀਆਂ ਕਈ ਜਗ੍ਹਾ ਦੇ ਉੱਤੇ ਜੁੜ ਰਹੀਆਂ। ਜੀ ਬਿਲਕੁਲ। ਅਗਲੀ ਖਬਰ ਵੱਲ ਚੱਲੀਏ। ਪੇਰੂ ਅਜਿਹਾ ਦੇਸ਼ ਹੈਗਾ ਜਿਹਦੇ ਵਿੱਚ ਕਹਿੰਦੇ ਪਏ 500 ਸਾਲ ਪੁਰਾਣੇ 140 ਦੇ ਕਰੀਬ ਬੱਚਿਆਂ ਦੇ ਜਿਹੜੇ ਸਕੈਲੀਟਨ ਮਿਲੇ ਹੈਗੇ ਆ। ਇਹ ਪਤਾ ਲੱਗਿਆ ਆ ਵੀ 1400 ਦੇ ਸਨ 1400 ਦੇ ਕਰੀਬ ਇਹ ਜਿਹੜੇ ਬੱਚੇ ਸੀ 140, ਇਹਨਾਂ ਨੂੰ ਸੈਕਰੀਫਾਈਸ ਕੀਤਾ ਗਿਆ ਸੀ, ਇਹਨਾਂ ਦੀ ਜਿੱਦਾਂ ਬਲੀ ਦਿੱਤੀ ਗਈ ਆ। ਇਹ ਜਿਹੜੇ ਆਰਕਿਓਲੋਜੀ ਸਰਵੇ ਹੈਗਾ ਆ ਉਹਨਾਂ ਨੇ ਉਹਨਾਂ ਦੇ ਜਿਹੜੇ ਸਕੈਲੀਟਨ ਵੀ ਕੱਢੇ ਆ, ਅਤੇ ਸਕੈਲੀਟਨ ਕੱਢ ਕੇ ਉਹਨਾਂ ਨੇ ਦੇਖਿਆ ਵੀ ਇਹ ਕਹਿੰਦੇ 500 ਦੇ ਕਰੀਬ ਨਹੀਂ ਸੋਰੀ 140 ਦੇ ਕਰੀਬ ਲਾਮਾਸ ਜਿਹੜੇ ਇਹ ਲੋਕ ਸੀਗੇ, ਅਤੇ ਇਹਨਾਂ ਦਾ ਜਿਹੜਾ ਦਿਲ ਸੀਗਾ ਉਹ ਕੱਢਿਆ ਗਿਆ ਸੀ ਜਦੋਂ ਉਹਨਾਂ ਨੂੰ ਸੈਕਰੀਫਾਈਸ ਕੀਤਾ ਗਿਆ। ਸੋ ਪੇਰੂ ਦੇ ਵਿੱਚ ਵੀ ਦੇਖੋ ਬੱਚਿਆਂ ਦੀ ਕਹਿੰਦੇ ਬਲੀ ਦਿੱਤੀ ਗਈ ਆ 500 ਸਾਲ ਪਹਿਲਾਂ, ਜੋ ਕਿ ਪੂਰੀ ਦੀ ਪੂਰੀ ਤਰ੍ਹਾਂ ਹੁਣ ਜਾਰਜ ਮੇਸਨ ਯੂਨੀਵਰਸਿਟੀ ਦੇ ਜਿਹੜੇ ਪ੍ਰੋਫੈਸਰ ਆ ਐਂਥਰੋਪੋਲੋਜੀ ਦੇ, ਉਹਨਾਂ ਨੇ ਦੱਸਿਆ ਵੀ ਉੱਥੋਂ ਇਹ ਸਕੈਲੀਟਨ ਕੱਢੇ ਗਏ ਹੈਗੇ। ਜੀ, ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਜੀ ਗੱਲ ਕਰਦੇ ਹਾਂ, ਪਿਛਲੇ ਦਿਨਾਂ ਦੇ ਵਿੱਚ ਜਿਹੜੇ ਟਰੈਕਟਰ ਟ੍ਰੇਲਰ ਵਾਲੇ ਆ, ਖਾਸ ਕਰਕੇ ਟਰੱਕ ਵਾਲਿਆਂ ਦੀ ਇੱਕ ਜਿਹੜੀ ਤਸਵੀਰ ਬਹੁਤ ਜ਼ਿਆਦਾ ਵਾਇਰਲ ਹੋਈ, ਜਿਸ ਦੇ ਵਿੱਚ ਇੱਕ ਹਾਈਵੇ I-696 ਦੇ ਜਿਹੜਾ ਹਨਿੰਗਟਨ ਵੁੱਡਸ ਦੇ ਲਾਗੇ ਡਿਟਰੋਇਟ ਦੇ ਜਿਹੜਾ ਨਜ਼ਦੀਕ ਇਲਾਕਾ ਆ, ਉੱਥੇ ਇੱਕ ਓਵਰ ਬ੍ਰਿਜ ਤੋਂ ਇੱਕ ਬੰਦਾ ਸੂਸਾਈਡ ਕਰਨ ਲਈ ਛਾਲ ਮਾਰਨ ਦੀ ਕੋਸ਼ਿਸ਼ ਕਰ ਰਿਹਾ ਸੀ, ਜਦ 13 ਟਰੱਕਾਂ ਨੇ ਜਿਹੜੇ ਆ ਟਰਾਲੇ ਵਾਲੇ ਜਿਹੜੇ ਟਰੱਕ ਆ ਉਹਨਾਂ ਨੇ ਥੱਲੇ ਜਿਹੜੇ ਟਰੱਕ ਖੜ੍ਹੇ ਕਰ ਦਿੱਤੇ ਅਤੇ ਪੂਰੀ ਸੜਕ ਨੂੰ ਜਿਹੜਾ ਉੱਥੇ ਇੱਕ ਹਿਸਾਬ ਨਾਲ ਘੇਰ ਲਿਆ ਤਾਂ ਜੋ ਛਾਲ ਮਾਰ ਕੇ ਉਹ ਖੁਦਕੁਸ਼ੀ ਜਿਹੜਾ ਆ ਉਹ ਨਾ ਕਰ ਸਕੇ। ਇਸ ਦੇ ਚੱਲਦੇ ਜਿਹੜੇ ਟਰੱਕਰਸ ਆ ਉਹਨਾਂ ਦੇ ਲਈ ਲੋਕਾਂ ਦੀ ਜਿਹੜੀ ਕਾਫੀ ਜਿਹੜੀ ਕਹਿ ਲਓ ਵੀ ਪ੍ਰਸ਼ੰਸਾ ਜਿਹੜੀ ਆ ਉਹ ਵਧੀ ਆ, ਬੜਾ ਵਧੀਆ ਜਿਹੜਾ ਉਹਨਾਂ ਨੇ ਇਹ ਕੰਮ ਕੀਤਾ ਸੀ। ਕਹਿੰਦੇ ਵੀ ਉੱਥੇ ਉੱਥੋਂ ਦਾ ਜਿਹੜਾ ਲੋਕਲ ਪੱਤਰਕਾਰ ਆ ਉਹ ਲੰਘ ਰਿਹਾ ਸੀ ਸਵੇਰੇ, ਜਦ ਉਸਨੇ ਦੇਖਿਆ ਵੀ ਆ ਟਰੱਕ ਜਿਹੜੇ ਇਸ ਤਰੀਕੇ ਦੇ ਨਾਲ ਖੜ੍ਹੇ ਆ, ਅਤੇ ਫਿਰ ਉਸਨੇ ਵੀ ਨਾਲ ਦੇਖਿਆ ਵੀ ਇੱਕ ਬੰਦਾ ਜਿਹੜਾ ਉੱਥੋਂ ਓਵਰ ਬ੍ਰਿਜ ਤੋਂ ਥੱਲੇ ਛਾਲ ਮਾਰਨ ਦੇ ਲਈ ਸ਼ਾਇਦ ਤਿਆਰ ਸੀਗਾ, ਸ਼ਾਇਦ ਸੂਸਾਈਡ ਕਰਨਾ ਚਾਹੁੰਦਾ ਸੀ, ਅਤੇ ਜਦ ਟਰੱਕਰਸ ਨੇ ਦੇਖਿਆ ਇੱਕ ਦੂਜੇ ਨੂੰ ਇੱਕ ਹਿਸਾਬ ਨਾਲ ਆਵਾਜ਼ ਮਾਰ ਕੇ ਪੂਰੇ ਦਾ ਪੂਰਾ ਜਿਹੜਾ ਫ੍ਰੀਵੇ ਆ ਉਹਨਾਂ ਨੇ ਉਹ ਰੋਕਿਆ, ਅਤੇ ਫਿਰ ਉਸ ਬੰਦੇ ਨੂੰ ਜਿਹੜਾ ਆ ਹੇਠਾਂ ਲਾਇਆ ਗਿਆ, ਅਤੇ ਕਾਫੀ ਜਿਹੜੇ ਟਰੱਕਰਸ ਦੀ ਇਸ ਪੂਰੇ ਕੰਮ ਦੇ ਲਈ ਜਿਹੜੀ ਪ੍ਰਸ਼ੰਸਾ ਆ ਉਹ ਹੋ ਰਹੀ ਆ। ਜੀ, ਅਗਲੀ ਜਿਹੜੀ ਆ ਉਹ ਵੀ ਟਰੱਕਿੰਗ ਦੇ ਨਾਲ ਨਿਊਜ਼ ਹੈਗੀ ਆ। ਕਹਿੰਦੇ ਜਿਹੜਾ FAA ਬਿੱਲ ਆ ਉਹ ਹਾਊਸ ਨੇ ਪਾਸ ਕੀਤਾ, ਜਿਹਦੇ ਵਿੱਚ ਟਰੱਕਿੰਗ ਮੀਲ ਅਤੇ ਰੈਸਟ ਬ੍ਰੇਕ ਦੀ ਜਿਹੜੀ ਆ ਪ੍ਰੋਵੀਜ਼ਨ ਹੈਗੀ ਆ,
ਏਵੀਏਸ਼ਨ ਆਥੋਰਾਈਜੇਸ਼ਨ ਬਿੱਲ ਕਰਕੇ ਇਹ ਜਾਣਿਆ ਜਾਂਦਾ ਆ। ਇਹਨੂੰ ਹਾਊਸ ਆਫ ਰੀਪ੍ਰੈਜੈਂਟੇਟਿਵ ਵਿੱਚ ਅਪ੍ਰੈਲ 27 ਨੂੰ 393 ਇਹਨਾਂ ਦੇ ਹੱਕ ਦੇ ਵਿੱਚ ਵੋਟਾਂ ਪਈਆਂ ਅਤੇ 13 ਉਲਟ ਪਈਆਂ। ਫੈਡਰਲ ਐਵੀਏਸ਼ਨ ਐਡਮਿਨਿਸਟ੍ਰੇਸ਼ਨ ਫਿਸਕਲ 2023 ਇਹਨੂੰ ਕਿਹਾ ਜਾਂਦਾ ਆ, ਜਿਹਦੇ ਮੁਤਾਬਕ ਜਿਹੜੇ ਟਰੱਕਰਸ ਆ ਉਹਨਾਂ ਨੂੰ ਮੀਲ ਦਾ ਅਤੇ ਰੈਸਟ ਬ੍ਰੇਕ ਦਾ ਜਿਹੜਾ ਆਵਰਸ ਆਫ ਓਪਰੇਸ਼ਨ ਦੇ ਵਿੱਚ ਕੁਛ ਨਾ ਕੁਛ ਜਿਹੜੀ ਆ ਉਹਨਾਂ ਨੂੰ ਰਾਹਤ ਮਿਲੂਗੀ। ਇਹਦੀ ਜਿਹੜੀ ਡਿਟੇਲ ਆ ਹਜੇ ਵਾਲੀ ਬਾਹਰ ਨਹੀਂ ਆਈ, ਉਹ ਆਉਣ ਵਾਲੇ ਸਮੇਂ ਦੇ ਵਿੱਚ ਜ਼ਰੂਰ ਆਪਾਂ ਜਿੰਨੇ ਸਾਡੇ ਸਰੋਤੇ ਹੈਗੇ ਉਹਨਾਂ ਨਾਲ ਸਾਂਝੀ ਕਰਾਂਗੇ। ਪਰ ਇਸ ਬਿੱਲ ਨੂੰ ਲਿਆਉਣ ਵਾਲਿਆਂ ਦੇ ਵਿੱਚ ਡੈਨਹਿਮ ਚੇਅਰਮੈਨ ਆਫ ਰੇਲ ਰੋਡ ਪਾਈਪਲਾਈਨ ਅਤੇ ਹੈਜ਼ਡਸ ਮਟੀਰੀਅਲ ਸਬ ਕਮੇਟੀ ਅਤੇ ਕੋ ਸਪੋਂਸਰ ਇਹਨੂੰ ਕੀਤਾ ਆ ਹੈਨਰੀ ਕੁਇਲਰ ਜਿਹੜੇ ਡੈਮੋਕਰੇਟ ਟੈਕਸਸ ਤੋਂ ਆ ਅਤੇ ਜਿਮ ਕੋਸਟਾ ਜਿਹੜੇ ਡੈਮੋਕਰੇਟ ਅਫਰੀਜ਼ਨੋ ਕੈਲੀਫੋਰਨੀਆ ਤੋਂ ਹੈਗੇ ਆ। ਉਹ ਕਹਿੰਦੇ ਵੀ ਇਹਦੇ ਨਾਲ ਜਿਹੜੇ ਟਰੱਕਰਸ ਹੈਗੇ ਆ ਉਹਨਾਂ ਦੀ ਐਫੀਸ਼ੀਐਂਸੀ ਵੀ ਵਧੂਗੀ ਅਤੇ ਜਿਹੜੀ ਆ ਸੇਫਟੀ ਵੀ ਵਧੂਗੀ ਜੀ। ਅਗਲੀ ਜਿਹੜੀ ਟਰੈਕਿੰਗ ਦੇ ਨਾਲ ਜੇ ਖਬਰ ਦੇ ਉੱਤੇ ਨਜ਼ਰ ਮਾਰੀਏ, ਕਹਿੰਦੇ ਵੀ ਇਸ ਟਾਈਮ ਡਰਾਈਵਰਸ ਦੀ ਸ਼ੋਰਟੇਜ ਇੰਨੀ ਕੁ ਜ਼ਿਆਦਾ ਜਿਹੜੀ ਚੱਲ ਰਹੀ ਆ, ਜਿਹਦੇ ਕਰਕੇ ਕਹਿੰਦੇ ਵੀ ਜੇ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੇ ਸੀਰੀਅਲ ਦੇ ਅਤੇ ਜਰਾਬਾਂ ਦੇ ਅਤੇ ਦੁੱਧ ਦੇ ਹਰ ਇੱਕ ਚੀਜ਼ ਦੇ ਜੇ ਪ੍ਰਾਈਸ ਵੱਧ ਰਹੇ ਆ, ਤਾਂ ਉਹਦੇ ਪਿੱਛੇ ਵੱਡਾ ਕਾਰਨ ਇਹ ਆ ਵੀ ਜਿਹੜਾ ਫਰੇਟ ਨੂੰ ਮੂਵ ਕਰਨ ਦੇ ਲਈ ਟਰੱਕਰਸ ਦੀ ਇੰਨੀ ਜ਼ਿਆਦਾ ਜਿਹੜੀ ਇਸ ਟਾਈਮ ਘਾਟ ਹੋ ਰਹੀ ਆ। ਕਹਿੰਦਾ ਇਕੱਲੇ ਇਹੀ ਨਹੀਂ, ਜਿਹੜੇ ਜਿੱਥੇ ਰੱਖਦੇ ਆ ਉਹ ਤਾਂ ਘਾਟਾ ਖਾ ਹੀ ਖਾ ਰਹੇ ਆ, ਜਿਹੜੀਆਂ ਵੱਡੀਆਂ ਕੰਪਨੀਆਂ ਆ ਉਹਨਾਂ ਦੇ ਪ੍ਰੋਫਿਟਸ ਦੇ ਵਿੱਚ ਵੀ ਲੋਸ ਹੋ ਰਿਹਾ ਆ, ਸ਼ੇਅਰ ਜਿਹੜੇ ਉਹਨਾਂ ਦੇ ਉਹ ਡਿੱਗ ਰਹੇ ਆ। ਏਟੀਏ ਦੇ ਮੁਤਾਬਕ ਇਸ ਟਾਈਮ ਹਰਜੋਤ ਸਿੰਘ ਜੀ ਤਕਰੀਬਨ 50 to 60,000 ਦੇ ਕਰੀਬ ਜਿਹੜੇ ਟਰੱਕ ਡਰਾਈਵਰਸ ਦੀ ਸ਼ੋਰਟੇਜ ਜਿਹੜੀ ਆ ਉਹ ਚੱਲ ਰਹੀ ਆ, ਅਤੇ ਜੇ ਇਸੇ ਹੀ ਜਿਹੜੇ ਰਫਤਾਰ ਦੇ ਨਾਲ ਇਹ ਘਾਟਾ ਜਿਹੜਾ ਪੈਂਦਾ ਰਿਹਾ, ਮਤਲਬ ਸ਼ੋਰਟੇਜ ਵੱਧਦੀ ਰਹੀ, ਤਾਂ ਇਹ 2022 ਸਨ ਤੱਕ 1,06,000 ਦਾ ਅੰਕੜਾ ਜਿਹੜਾ ਆ ਉਹ ਟੱਪ ਸਕਦੀ ਆ। ਇੰਨੇ ਜ਼ਿਆਦਾ ਜਿਹੜੇ ਟਰੱਕਰਸ ਦੀ ਜਿਹੜੀ ਘਾਟ ਆ ਉਹ ਚੱਲ ਰਹੀ ਆ। ਇਹਦਾ ਜਿਹੜਾ ਮੇਨ ਕਾਰਨ ਉਹਨਾਂ ਨੇ ਵੀ ਦੱਸਿਆ ਵੀ ਜਿਹੜੇ ਓਲਡ ਡਰਾਈਵਰ ਆ ਉਹਨਾਂ ਦੀ ਏਜ ਕਰਕੇ ਰਿਟਾਇਰ ਹੋ ਰਹੇ ਆ ਅਤੇ ਯੰਗ ਡਰਾਈਵਰ ਆ ਨਹੀਂ ਰਹੇ। ਕਰਨ ਕਾਉਂਟੀ 'ਚੋਂ ਇਹ ਰਿਪੋਰਟ ਆਈ ਹੈਗੀ, ਬੇਕਰਸਫੀਲਡ ਏਰੀਆ 'ਚੋਂ। ਕਹਿੰਦੇ ਵੀ ਕਰਨ ਕਾਉਂਟੀ ਦੇ ਵਿੱਚ ਜਿਹੜੇ ਟਰੱਕ ਡਰਾਈਵਰਸ ਦੀ ਘਾਟ ਬੜੀ ਘੱਟ ਆ, ਘਾਟ ਬਹੁਤ ਜ਼ਿਆਦਾ ਆ। ਆਪਾਂ ਦੇਖਿਆ ਵੀ ਬੇਕਰਸਫੀਲਡ ਈਵਨ ਤੋਂ ਬਹੁਤ ਵੱਡੀ ਗਿਣਤੀ 'ਚ ਪੰਜਾਬੀ ਟਰੱਕਰਸ ਰਹਿੰਦੇ ਆ, ਪਰ ਕਹਿੰਦੇ 14,000 ਦੇ ਕਰੀਬ ਜਿਹੜੇ ਆ ਬੇਕਰਸਫੀਲਡ ਏਰੀਏ 'ਚ ਲੋਕ ਡਿਸਟ੍ਰੀਬਿਊਸ਼ਨ ਸੈਂਟਰ 'ਚ ਕੰਮ ਕਰਦੇ ਆ, ਕਿਉਂਕਿ ਜਿਹੜੀਆਂ ਵੱਡੀਆਂ ਕੰਪਨੀਆਂ ਜਿਸ ਤਰ੍ਹਾਂ ਕਿ ਫਰੀ ਟੋਲੇ, ਟਾਰਗੇਟ, ਸੀਅਰਸ, ਆਈਕੀਆ ਵਰਗੇ ਜਿਹੜੇ ਆ ਉਹਨਾਂ ਦੇ ਵੱਡੇ ਵੱਡੇ ਡਿਸਟ੍ਰੀਬਿਊਸ਼ਨ ਸੈਂਟਰ ਆ, ਉਹ ਇੰਨੇ ਵੱਡੀ ਗਿਣਤੀ ਦੇ ਵਿੱਚ ਲੋਕਾਂ ਨੂੰ ਇੰਪਲਾਈ ਕਰਦੇ ਹੈਗੇ ਆ ਜੀ। ਬਿਲਕੁਲ, ਇਹ ਜਿਹੜਾ ਘਾਟਾ ਲਗਾਤਾਰ ਉਹ ਵੱਧ ਰਿਹਾ, ਟਰਾਂਸਪੋਰਟੇਸ਼ਨ ਦੇ ਕੋਸਟ ਵੀ ਜਿਹੜੇ ਉਹ ਵੱਧ ਰਹੇ ਆ। ਉੱਦਾਂ ਵੈਸੇ ਡਰਾਈਵਰਸ ਦੇ ਲਈ ਇੱਕ ਚੀਜ਼ ਜਿਹੜੀ ਜ਼ਰੂਰ ਹੈਗੀ ਹੈ ਵੀ ਲੋਡਾਂ ਦੇ ਪ੍ਰਾਈਸ ਥੋੜ੍ਹੇ ਜਿਹੜੇ ਉੱਤੇ ਜਾ ਰਹੇ ਆ, ਅਤੇ ਕਾਫੀ ਜਿਹੜੇ ਹੁਣ ਟਰੱਕਰ ਕੰਪਨੀਆਂ ਵਾਲੇ ਆ ਉਹ ਡਰਾਈਵਰਸ ਨੂੰ ਚੰਗੀ ਤਨਖਾਹ ਜਿਹੜੀ ਆ ਉਹ ਵੀ ਨਾਲ ਦੇ ਨਾਲ ਜਿਹੜੀ ਉਹ ਦੇ ਰਹੇ ਆ। ਪਰ ਇਹਦੇ ਵਿੱਚ ਇਕੱਲਾ ਇਹੀ ਕਾਰਨ ਨਹੀਂ ਹਰਜੋਤ ਸਿੰਘ ਜੀ, ਹੋਰ ਵੀ ਕਈ ਕਾਰਨ ਨੇ ਵੀ ਆਪਾਂ ਦੇਖ ਰਹੇ। ਲਗਾਤਾਰ DMV ਦੀਆਂ ਕਈ ਧਾਂਦਲੀਆਂ ਜਿਹੜੀਆਂ ਆ ਉਹ ਸਾਹਮਣੇ ਆਉਂਦੀਆਂ ਰਹੀਆਂ ਵੀ ਕਈ ਉਹਨਾਂ ਦੇ ਕਈ ਇੰਪਲੋਈ ਜਿਹੜੇ ਵਿੱਚੋਂ ਉਹ ਪੈਸੇ ਲੈ ਕੇ ਲੋਕਾਂ ਨੂੰ ਉੱਦਾਂ ਹੀ ਜਿਹੜੇ ਆ ਦੇਈ ਜਾਂਦੇ ਸੀਗੇ ਲਾਇਸੈਂਸ, ਅਤੇ ਜਿਨ੍ਹਾਂ ਨੇ ਚੰਗੇ ਭਲੇ ਵੀ ਲਾਇਸੈਂਸ ਲਏ ਆ ਉਹਨਾਂ ਦੇ ਵੀ ਫਿਰ ਕੈਂਸਲ ਹੋ ਰਹੇ ਆ। ਹਜ਼ਾਰਾਂ ਦੀ ਸੰਖਿਆ ਦੇ ਵਿੱਚ ਜਿਹੜੇ ਆ ਜਿਹੜੇ CDL ਕਮਰਸ਼ਲ ਡਰਾਈਵਿੰਗ ਲਾਇਸੈਂਸ ਆ ਉਹ ਕੈਂਸਲ ਕੀਤੇ ਗਏ ਆ, ਅਤੇ ਉਹਨਾਂ ਨੂੰ ਮੁੜ ਦੁਬਾਰਾ ਟੈਸਟ ਦੇਣ ਦੇ ਲਈ ਆਖਿਆ ਗਿਆ। ਕਈ ਤਾਂ ਪਾਸ ਹੋ ਜਾਂਦੇ ਆ ਅਤੇ ਕਈ ਉਹਨਾਂ ਵਿੱਚੋਂ ਜਿਹੜੇ ਉਹ ਰਹਿ ਜਾਂਦੇ ਆ, ਇਸ ਕਰਕੇ ਜਿਹੜੀ ਕਾਫੀ ਵੱਡੀ ਸਮੱਸਿਆ ਦਾ ਸਾਹਮਣਾ ਜਿਹੜਾ ਆ ਕ੍ਰੰਚ ਜਿਹੜਾ ਆ ਉਹ ਦੇਖਿਆ ਜਾ ਰਿਹਾ। ਇਹਦੇ ਨਾਲ ਇਹ ਗੱਲ ਜਿਹੜੀ ਜ਼ਰੂਰ ਹੈਗੀ ਆ ਜੇ ਕੋਈ ਵਾਕਿਆ ਹੀ ਇੱਛੁਕ ਹੈਗਾ ਆ ਵੀ ਉਹਨੇ ਟਰੱਕ ਡਰਾਈਵਿੰਗ ਵਾਲੇ ਪਾਸੇ ਨੂੰ ਜਾਣਾ, ਅਤੇ ਇਸ ਟਾਈਮ ਮਾਰਕੀਟ ਜਿਹੜੀ ਕਾਫੀ ਜ਼ਿਆਦਾ ਹੌਟ ਆਪਾਂ ਕਹਿ ਸਕਦੇ ਹਾਂ ਉਹਨਾਂ ਦੇ ਲਈ ਜ਼ਰੂਰ ਬਣੀ ਹੋਈ ਹੈ, ਲੱਭੇ ਨਹੀਂ ਰਹੇ। ਸੋ ਕਰਨ ਕਾਉਂਟੀ ਦਾ ਇੱਕ ਜਿਹੜਾ ਡਰਾਈਵਰ ਆ ਉਹਦੀ ਇੰਟਰਵਿਊ ਲੈ ਰਹੇ ਸੀ ਅਖਬਾਰ ਵਾਲੇ, ਉਹ ਕਹਿੰਦੇ ਵੀ ਮੈਂ ਔਨਲਾਈਨ ਅਪਲਾਈ ਕੀਤਾ ਅਤੇ ਲਗਭਗ 20 ਦੇ ਕਰੀਬ ਮੈਨੂੰ ਕੰਪਨੀਆਂ ਰਾਈਟ ਵੇ ਰੈਡੀ ਸੀਗੀਆਂ। ਕਹਿੰਦਾ ਵੀ ਮੈਂ ਹੁਣ ਜਿਹੜੀ ਕੰਪਨੀ ਲਈ ਕੰਮ ਕਰਦਾ ਅਗਰ ਛੱਡਾਂ ਤਾਂ 10 ਮਿੰਟਾਂ 'ਚ ਕਹਿੰਦਾ ਮੈਨੂੰ ਦੂਜੀ ਕੰਪਨੀ ਜਿਹੜੀ ਆ ਹਾਇਰ ਕਰ ਲਊਗੀ। ਸੋ ਬਿਲਕੁਲ ਇਹ ਚੀਜ਼ਾਂ ਜਿਹੜੀਆਂ ਆ ਉਹ ਇਸ ਟਾਈਮ ਗੌਰ ਕਰਨ ਵਾਲੀਆਂ ਬਣੀਆਂ ਹੋਈਆਂ ਨੇ। ਅਤੇ ਹਰਜੋਤ ਸਿੰਘ ਜੀ, ਆਪਣੇ ਪ੍ਰੋਗਰਾਮ ਦਾ ਸਮਾਂ ਵੀ ਜਿਹੜਾ ਆ ਉਹ ਸਮਾਪਤੀ ਦੇ ਵੱਲ ਨੂੰ ਜਿਹੜਾ ਉਹ ਵੱਧ ਰਿਹਾ ਆ, ਅਤੇ ਉਸ ਤੋਂ ਪਹਿਲਾਂ ਜਿਹੜਾ ਦੱਸ ਜੀ, ਕਹਿੰਦੇ 126 ਪਾਊਂਡ ਮੈਥ
ਇੱਕ ਸਟਾਰਬਕਸ ਦੇ ਪ੍ਰੋਡਕਟ ਜਿਹੜਾ ਹੌਲ ਕਰ ਰਿਹਾ ਸੀ ਕੋਈ ਟਰੱਕਰ, ਉਸ ਦੇ ਵਿੱਚੋਂ ਜਿਹੜੀ ਆ ਲੱਭੀ ਆ ਵਾਸ਼ਿੰਗਟਨ ਦੇ ਨਜ਼ਦੀਕ, ਇਹ ਜਿਹੜੀ ਆ ਉਹ ਲੱਭੀ ਆ, ਇਹ ਜਿਹੜੀ ਮੈਥ ਆ 126 ਪਾਊਂਡ ਜਿਹੜਾ ਉਹ ਲਈ ਜਾਂਦਾ ਸੀ ਕੈਲੀਫੋਰਨੀਆ ਤੋਂ ਸਪੋਕਨ ਦੇ ਵਿਚਕਾਰ, ਜਿਹੜਾ ਇਸਦਾ ਟਰੱਕ ਕਹਿੰਦਾ ਉਹ ਚਲਾ ਰਿਹਾ ਸੀਗਾ, ਅਤੇ ਨਾਰਕੋਟਿਕਸ ਦੇ ਨਾਲ ਜਿਹੜੇ ਕੈਨਾਈਨਸ ਦੀ ਮਦਦ ਲੈਂਦੇ ਹੋਏ ਉਹਨਾਂ ਨੂੰ ਸਸਪੀਸ਼ੀਅਸ ਐਕਟੀਵਿਟੀ ਕੋਈ ਸ਼ੱਕੀ ਜਿਹੜੀ ਚੀਜ਼ ਉਹਨਾਂ ਦੇ ਉੱਤੇ ਲੱਗੀ, ਅਤੇ ਜਦ ਦੇਖਿਆ ਤਾਂ ਅੰਦਰ 126 ਪਾਊਂਡ ਜਿਹੜੀ ਉਹ ਮੈਥ ਜਿਹੜਾ ਉਹ ਲਈ ਫਿਰਦਾ ਸੀਗਾ। ਕਹਿੰਦਾ ਹੋਣਾ ਵੀ ਲਾ ਲੈਂਦੇ ਹਾਂ ਇੱਕ ਜਿਹੜਾ ਗੇੜਾ ਅਤੇ ਫਿਰ ਜਿਹੜਾ ਜੀ ਭਲਾ ਹੋ ਜਾਊਗਾ, ਕਿਤੇ ਸਵਾਹ ਭਲਾ ਹੋਣਾ ਲੋਕਾਂ ਨੂੰ, ਤਾਂ ਦੇਖੋ ਕਿੱਦਾਂ ਇਹ ਸਮਾਜ ਦੇ ਵਿੱਚ ਬੁਰਾਈਆਂ ਜਿਹੜੀਆਂ ਆ ਉਹ ਫੈਲਾ ਰਹੇ ਆ, ਕੁਛ ਚੰਦ ਕੇ ਜਿਹੜੇ ਜ਼ਿਆਦਾ ਪੈਸੇ ਆ ਉਹ ਬਣਾਉਣ ਦੇ ਲਈ। ਇਹ ਬਹੁਤ ਮਾੜੀ ਗੱਲ ਆ ਇੱਦਾਂ ਦੀਆਂ ਚੀਜ਼ਾਂ, ਦੇਖੋ ਇਹ ਤਾਂ ਕੁਛ ਕੁ ਜਿਹੜੀਆਂ ਲੱਭ ਜਾਂਦੀਆਂ ਨੇ ਜਿਹੜੀਆਂ ਫੜੀਆਂ ਜਾਂਦੀਆਂ, ਇਹ ਸੋਚੋ ਵੀ ਓਵਰਆਲ ਕਿੰਨੀ ਜ਼ਿਆਦਾ ਜਿਹੜੀ ਇਸ ਤਰੀਕੇ ਦੇ ਨਾਲ ਸਮਗਲਿੰਗ ਆ ਉਹ ਹੋਈ ਜਾ ਰਹੀ ਆ ਜੀ। ਸੋ ਇਹ ਤੋਂ ਹੀ ਆਪਾਂ ਸਰੋਤਿਆਂ ਤੋਂ ਇਜਾਜ਼ਤ ਲੈਂਦੇ ਹਾਂ। ਬਿਲਕੁਲ ਜੀ, ਸਮਾਜ ਦੇ ਪ੍ਰੋਗਰਾਮ ਦਾ ਜਿਹੜਾ ਸਮਾਪਤ ਆ, ਮਿਲਾਂਗੇ ਅਗਲੇ ਜਿਹੜੇ ਬੁਲੇਟਿਨ ਦੇ ਵਿੱਚ। ਉਦੋਂ ਤੱਕ ਲਈ ਮੈਨੂੰ ਰਾਜਕਨ ਵੀ ਤੇ ਮੈਨੂੰ ਹਰਜੋਤ ਸਿੰਘ ਖਾਲਸਾ ਨੂੰ ਇਜਾਜ਼ਤ ਦਿਓ, ਸਾਡੇ ਦੋਨਾਂ ਹੀ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ ਪਿਆਰ ਸਤਿਕਾਰ ਸਨੇਕੀ ਜਿਹੀ ਸਤਿ ਸ੍ਰੀ ਅਕਾਲ, ਜਿਹਦੇ ਵਾਸਤੇ ਰਹੋ ਹਾਸੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।